ਕਈਆਂ ਦੇ ਤਾਂ ਦਿਲਾਂ ਵਿੱਚ ਰਹਿਣਾ ਆ, ਕਈਆਂ ਦੇ ਤਾਂ ਸਮਝੋ ਵੀ ਬਾਹਰ ਨੀਗਾ ਵਿੱਚ ਆਉਂਦੀ ਮਿੱਠੀਏ ਤੇ ਲਾਏ ਜੜਾ ਚੂ ਆਉਂਦਾ ਤੇਰਾ ਯਾਰ ਨੀ ਅਨਾਉਂਸਮੈਂਟ। ਕਈਆਂ ਨੂੰ ਜਿਹੜੇ ਆਪਾਂ ਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਕੀ ਅਨਾਉਂਸਮੈਂਟ ਕਰਨੀ ਆ। ਜਿਹਨਾਂ ਨੂੰ ਨਹੀਂ ਪਤਾ ਪਹਿਲਾਂ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰੋ ਭਰਾ ਨੂੰ ਜੱਟ ਲਾਈਵ ਟੀਵੀ। ਤੇ ਆਪਾਂ ਜੀ ਕੰਮ ਸ਼ੁਰੂ ਕੀਤਾ ਆ ਨਵਾਂ, ਖੇਤੀ ਜੇ ਤਾਂ ਨਵਾਂ ਕੰਮ ਸ਼ੁਰੂ ਕਰ ਲਈਦਾ, ਪਰ ਹੁਣ ਇਹ ਇੱਦਾਂ ਦਾ ਕੰਮ ਆ ਬਹੁਤ ਟਾਈਮ ਤੋਂ, ਹੈ ਨਾ, ਕਾਫੀ ਮਹੀਨਿਆਂ ਤੋਂ ਲਾ ਲਓ, ਕਾਫੀ ਸਾਲਾਂ ਤੋਂ ਲਾ ਲਓ। ਮੇਰਾ ਮਨ ਸੀਗਾ ਜੀ ਸੇਲਸ ਦੇ ਵਿੱਚ ਆਉਣ ਦਾ, ਕਾਰਾਂ ਦੀ ਸੇਲਸ ਨਾਲੋਂ ਵਧੀਆ ਬਾਈ ਸਟਾਰਟਿੰਗ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ, ਹੈ ਨਾ। ਕਾਰਾਂ ਸਾਰਿਆਂ ਨੂੰ ਪਸੰਦ ਆ ਬਾਈ, ਚਾਹੇ ਮੈਂ ਹੋਵਾਂ, ਚਾਹੇ ਮੇਰੇ ਤੋਂ ਵੱਡੀ ਏਜ ਦੇ ਹੋਣ, ਚਾਹੇ ਮੇਰੇ ਤੋਂ ਛੋਟੀ ਏਜ ਦੇ ਹੋਣ, ਇੰਡੀਆ 'ਚ ਹੋਣ, ਕਨੇਡਾ 'ਚ ਹੋਣ, ਅਮੈਰੀਕਾ 'ਚ ਹੋਣ। ਅਤੇ ਬਾਈ ਆਪਾਂ ਰਿਵੀਲ ਕਰ ਦਿੰਦੇ ਹਾਂ ਜੀ, ਆਪਾਂ ਨਵਾਬ ਮੋਟਰਸ ਦੇ ਨਾਲ ਐਜ਼ ਆ ਸੇਲਸ ਕੰਸਲਟੈਂਟ ਸ਼ੁਰੂ ਕੀਤਾ ਜੀ ਕੰਮ। ਚੱਲਦੇ ਹਾਂ ਅੰਦਰ, ਅੰਦਰ ਜਾ ਕੇ ਤੁਹਾਨੂੰ ਆਪਣਾ ਬਾਈ ਵਰਕ ਪਲੇਸ ਦਿਖਾਉਂਦੇ ਹਾਂ, ਕਿੱਦਾਂ ਦਾ ਵਰਕ ਪਲੇਸ ਆ, ਕਿਹੜਾ ਕਿਹੜਾ ਅਸੀਂ ਕੰਮ ਕਰੀਦਾ ਆ। ਅਤੇ ਕਾਰਾਂ ਆਫਕੋਰਸ ਬਹੁਤ ਸਾਰੀਆਂ ਖੜੀਆਂ ਅੰਦਰ, ਆ ਜਾਓ ਫਿਰ ਚੱਲੀਏ। ਹਾਂਜੀ ਅੰਦਰੋਂ ਲੇਆਊਟ ਜੀ ਸਾਡੇ ਆਫਿਸ ਦਾ ਇੱਦਾਂ ਦਾ ਜੀ, ਜੇ ਤੁਸੀਂ ਵੇਖਣਾ ਚਾਹੁੰਦੇ ਹਾਂ ਅਤੇ ਜੇ ਤੁਸੀਂ ਆਲਰੇਡੀ ਇੱਥੇ ਆ ਚੁੱਕੇ ਹਾਂ ਪਹਿਲਾਂ, ਪਰ ਤੁਸੀਂ ਮੈਨੂੰ ਨਹੀਂ ਮਿਲੇ, ਪਹੁੰਚੋ ਬਾਈ। ਇਹ ਆਪਣਾ ਵੇਟਿੰਗ ਏਰੀਆ ਜੀ, ਜਿੱਥੇ ਤੁਸੀਂ ਆਉਂਦੇ ਹਾਂ ਤਾਂ ਤੁਸੀਂ ਵੇਟ ਕਰ ਸਕਦੇ ਹਾਂ। ਫਰੰਟ ਡੈਸਕ ਆਫਕੋਰਸ ਇੱਥੇ ਪਹੁੰਚਦੇ ਹੀ, ਆਹ ਡੋਰ ਤੋਂ ਇੱਥੇ ਤੱਕ ਆਉਂਦੇ ਹੀ ਇੱਥੇ ਜੋ ਵੀ ਤੁਹਾਨੂੰ ਮਿਲਦਾ, ਇਟ ਡਜ਼ਨਟ ਮੈਟਰ, ਇੱਕੋ ਬੰਦੇ ਵਾਲੇ ਪੁੱਛਣਾ ਆ ਜਸਪ੍ਰੀਤ ਜੱਟ ਲਾਈਵ ਟੀ ਵੀ ਵਾਲਾ ਕਿੱਥੇ ਆ। ਯੂ ਵਾਂਟ ਟੂ ਸੀ ਹਿਮ ਟੂ ਬਾਏ ਅ ਕਾਰ, ਇਫ ਯੂ ਵਾਂਟ ਟੂ ਬਾਏ ਐਨੀ ਕਾਰ ਕਿਸੇ ਵੀ ਤਰੀਕੇ ਦੀ, ਕਿਸੇ ਵੀ ਮੇਕ ਦੀ, ਕਿਸੇ ਵੀ ਮਾਡਲ ਦੀ, ਤੁਹਾਡਾ ਭਰਾ ਜਸਪ੍ਰੀਤ ਗਾਡ ਯੂ ਕਵਰਡ ਬ੍ਰੋ। ਇਹ ਆਪਣੇ ਕੋਲ ਇਸ ਟਾਈਮ ਖੜੀ ਹੈ ਜੀ 6.4 ਲੀਟਰ ਚੈਲੈਂਜਰ RT, ਬਹੁਤ ਪਿਆਰਾ ਕਲਰ ਆ ਜੀ। ਅਤੇ ਇੱਥੇ ਆਪਣੇ ਭਾਅ ਜੀ ਤੁਹਾਨੂੰ ਰਿੱਕੀ ਭਾਅ ਜੀ ਮਿਲਣਗੇ, ਰਿੱਕੀ ਭਾਅ ਜੀ ਬਾਈ ਉਹੀ ਨੇ ਜਿਨ੍ਹਾਂ ਨੇ ਤੁਹਾਡੇ ਭਰਾ ਨੂੰ ਇੱਕ ਚਾਂਸ ਦਿੱਤਾ ਜੀ। ਵਧੀਆ ਗੱਲ ਆ ਯਾਰ, ਕਿ ਮੈਨੂੰ ਇਹ ਸੀਗਾ ਕਿ ਯਾਰ ਵਧੀਆ ਜਗ੍ਹਾ 'ਤੇ ਅਤੇ ਵਧੀਆ ਬੰਦਿਆਂ ਦੇ ਨਾਲ ਕੰਮ ਕਰੀਏ ਜੀ, ਕਰਨਾ ਸਿੱਧੀ ਜੀ ਗੱਲ ਨਹੀਂ ਤਾਂ ਬ੍ਰੋ ਆਪਾਂ ਨੂੰ ਤੈਰਾਕੀ ਵਧੀਆ ਸੀ, ਹੈ ਨਾ। ਅਤੇ ਇਹ ਆਪਣਾ ਬਾਈ ਇੱਦਾਂ ਦਾ ਲੇਆਊਟ ਆ। ਅਤੇ ਹੁਣ ਜੇ ਆਪਾਂ ਇੱਧਰ ਨੂੰ ਆਈਏ ਅਤੇ ਬਾਈ ਜੀ ਇਹੀ ਗੱਲਾਂ ਨੇ ਜੱਟ ਲਾਈਵ ਟੀ ਵੀ ਦੀਆਂ ਅਤੇ ਨਵਾਬ ਮੋਟਰਸ ਦੀਆਂ। ਲੈਂਬੋਰਗਿਨੀ ਐਵੈਂਟਾਡੋਰ ਆਪਣੇ ਕੋਲ ਖੜੀ ਹੈ ਇੱਥੇ। ਅਤੇ ਬਾਈ ਜੇ ਕਿਸੇ ਭਰਾ ਨੇ ਲੈਣੀ ਹੋਵੇ ਪਹੁੰਚੋ ਬਾਈ, ਵੀ ਗਾ ਯੂ ਕਵਰਡ, ਕਿਉਂਕਿ ਇਹ ਵੀ ਫੋਰ ਸੇਲ ਆ। ਅਤੇ ਇਹ ਗੱਡੀ ਇੱਦਾਂ ਦੀ ਆ, ਇਹ ਤੁਸੀਂ ਬਹੁਤ ਸਾਰੇ ਪੰਜਾਬੀ ਗਾਣਿਆਂ 'ਚ ਵੇਖੀ ਹੋਊਗੀ, ਬਹੁਤ ਸਾਰੇ ਲਾਈਕ। ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ 2-3 ਗਾਣਿਆਂ ਦੇ ਲਿੰਕ ਵੀ ਪਾਵਾਂ ਥੱਲੇ, ਜਿਹ 'ਚ ਤੁਸੀਂ ਇਹ ਕਾਰ ਦੇਖੀ ਹੋਊਗੀ। ਅਤੇ ਇੱਥੇ ਬਾਈ ਉਦੋਂ ਬਾਅਦ ਆਪਣੀ ਜਿਹੜੀ ਆ ਮੇਨ ਕਲੈਕਸ਼ਨ ਆ ਕਾਰਾਂ ਦੀ, ਜਿਹੜੀ ਇੱਥੇ ਡਿਸਪਲੇ ਦੇ ਵਿੱਚ ਲੱਗੀਆਂ ਆ ਬ੍ਰੋ। ਸਭ ਤੋਂ ਪਹਿਲਾਂ ਅਗੇਨ ਕੰਮੋ ਰਾਣੀ, ਪਰ ਇਹ ਕੰਮੋ ਰਾਣੀ ਐਸੀ ਆ ਜਿਹੜੀ ਟੇਕ ਆਫ ਕਰ ਜਾਂਦੀ ਆ। V8 ਇੰਜਨ ਕਮੈਰੋ SS, ਅਤੇ ਬਾਬਾ ਜੀ ਉਹਦੇ ਨਾਲ ਹੀ ਇਹਨਾਂ ਨੇ ਲਾਈ ਆ ਗੱਡੀ ਇੱਥੇ। ਫੋਰਡ ਸ਼ੈਲਬੀ GT ਆ ਇਹ, ਸ਼ੈਲਬੀ GT, ਜਿਹਨਾਂ ਨੂੰ ਨਹੀਂ ਪਤਾ ਬਾਈ ਇਹ ਇੱਕ ਜਿਹੜਾ ਬੰਦਾ ਸੀਗਾ ਸ਼ੈਲਬੀ, ਉਹਨੇ ਪ੍ਰੋਪਰ ਇੱਕ ਇੰਜਨ ਡਿਜ਼ਾਇਨ ਕੀਤਾ ਸੀਗਾ ਇਹਨਾਂ ਕਾਰਾਂ ਦੇ ਲਈ, ਔਰ ਉਹ ਚੱਲੀ ਆ ਰਹੀ ਹੈ ਗੇਮ। ਅਤੇ ਆ ਜੀ GT 350, ਸੱਪ ਕੱਢਦੇ ਆ ਬਾਈ ਇਹ ਮਸਟੈਂਗ ਵਾਲੇ, ਇਹ ਗੱਡੀ ਵੀ ਸੋਹਣੀ ਹੈ ਜੀ। ਹਾਂਜੀ ਆਪਾਂ ਦੇਖੀਏ ਇੱਥੇ ਆਪਣੇ ਕੋਲ ਖੜੀ ਹੈ ਜੀ ਕ੍ਰਾਈਸਲਰ 300, ਇੱਕ ਬਾਈ ਆਪਣਾ ਰੈਪਰ ਹੈਗਾ ਨਸੀਬ ਵੈਨਕੂਵਰ ਤੋਂ, ਆਈ ਗੈਸ ਉਹਦੇ ਕੋਲ ਬਾਈ ਕੋਲ ਇਹੀ ਗੱਡੀ ਆ। 4 ਡੋਰ ਬਲੈਕ ਰਿਮ ਫੁੱਲੀ ਲੋਡਡ ਗੱਡੀ ਆ ਜੀ। ਜੇ ਦੇਖਣਾ ਚਾਹੂੰ ਉੱਪਰ ਇਹਦੇ ਮੂਨ ਰੂਫ ਵੀ ਤੁਹਾਨੂੰ ਮਿਲ ਜਾਂਦਾ ਆ, ਜਿਹੜਾ ਜਿਹੜੇ ਭੈਣ ਭਰਾ ਤਾਰੇ ਵੇਖਣ ਦੇ ਸ਼ੌਕੀਨ ਆ ਰਾਤ ਨੂੰ ਉਹ ਵੀ ਕਰ ਸਕਦੇ ਆ। ਹੁਣ ਜੀ ਚੈਲੈਂਜਰ GT, ਰੀਅਲ ਵੀਲ ਡਰਾਈਵ ਨਹੀਂ ਆਲ ਵੀਲ ਡਰਾਈਵ ਗੱਡੀ, ਜਿਹੜੀ ਸਨੋਅ ਦੇ ਵਿੱਚ ਸਟੱਕ ਨਹੀਂ ਹੁੰਦੀ, ਇਹ ਵੀ ਖੜੀ ਆ। ਅਤੇ ਹੁਣ ਜੇ ਆਪਾਂ ਇੱਧਰ ਨੂੰ ਚੱਲੀਏ ਕਾਲੇ ਰੰਗ ਦੀ ਚੈਲੈਂਜਰ, ਇਟ ਡਜ਼ਨਟ ਮੈਟਰ ਤੁਸੀਂ ਇੰਡੀਆ 'ਚ ਹੋ, ਤੁਸੀਂ ਇੱਥੇ ਹੋ, ਕਨੇਡਾ ਦੇ ਵਿੱਚ ਹਰ ਬੰਦਾ ਬਾਈ ਇਸ ਗੱਡੀ ਦਾ ਫੈਨ ਆ, ਨੋ ਡਾਊਟ। ਮੈਂ ਵੀ ਹੈਗਾ, ਪਰ ਆਪਣਾ ਪਹਿਲਾ ਪਿਆਰ ਕੰਮੋ ਰਾਣੀ ਸਾਰਿਆਂ ਨੂੰ ਪਤਾ ਬਾਈ ਜੱਗ ਜਾਣ ਦਾ। ਅਤੇ ਬੀਮਰ ਹੁਣ ਬਾਈ ਟੂ ਵੀ ਫਰੈਂਕ, ਮੈਨੂੰ ਇਹ ਨਹੀਂ ਪਤਾ ਕਿਹੜੀ ਸੀਰੀਜ਼ ਖੜੀ ਆ, ਆਪਾਂ ਪਿੱਛੇ ਚੱਲਦੇ ਨਾਲੇ ਵਾਕ ਅਰਾਊਂਡ ਦਿੰਦੇ ਹਾਂ ਤੁਹਾਨੂੰ ਕਿਹੜੀ ਗੱਡੀ ਆ ਇਹ, ਕਿਹੜੀ ਗੱਡੀ ਆ ਬਾਈ ਜੀ ਦੱਸੋ ਦੱਸੋ ਦੱਸੋ, ਜਿਹੜੀ ਗੱਡੀ ਦੇ ਵਿੱਚ ਬਲੈਕ ਇੰਟੀਰੀਅਰ ਮਿਲ ਰਿਹਾ। ਓਹੋ ਹੋ ਓ ਹੋ ਹੋ ਹੋ, ਤੁਹਾਨੂੰ ਵਿਖਾ ਦਿੰਦੇ ਜੀ 340i, ਜੇ ਲੈਣੀ ਹੈ ਤਾਂ ਪਹੁੰਚੋ ਨਵਾਬ ਮੋਟਰਸ ਦੇ ਮੇਰੇ ਬਾਈ ਭਰਾ ਨੂੰ ਮਿਲੋ। ਆਹ ਗੱਡੀ ਬਾਈ ਇਹ ਵਿਕਾਓ ਨਹੀਂ, ਇਹ ਗੱਡੀ ਭਾਈ ਨੇ ਪ੍ਰੋਪਰ ਤਿਆਰ ਕਰਾਈ ਹੋਈ ਹੈ ਜੀ। ਇਹ ਗੱਡੀ ਸ਼ਾਇਦ
ਜੇ ਤੁਸੀਂ ਨੋਟਿਸ ਕਰ ਲਿਆ ਹੋਏ ਹੁਣ ਤੱਕ ਇਹ ਗੁਰੂ ਰੰਧਾਵਾ ਦੇ ਗਾਣੇ ਦੇ ਵਿੱਚ ਵੀ ਆਈ ਆਈ ਥਿੰਕ ਡਾਊਨ ਟਾਊਨ ਦੇ ਵਿੱਚ ਨਾਲ ਹੀ ਔਡੀ ਬੀਮਰ ਪਰਲੀ ਸਾਈਡ ਕਹਿੰਦੇ ਸ਼ੈਰੀਟਨ ਹੋ ਗਿਆ ਬਰੈਂਪਟਨ ਹੋ ਗਿਆ ਬਰੈਂਪਟਨ 'ਚ ਸਟੂਡੈਂਟਾਂ ਦੀ ਪਹਿਲੀ ਪਸੰਦ ਮੰਨੀ ਜਾਣ ਵਾਲੀ ਕਾਰ ਚੈਲੈਂਜਰ ਕਿਉਂਕਿ ਬਾਈ ਇਹ ਕਾਰ ਦੇ ਵਿੱਚ ਇੱਕ ਜਿਹੜੀ ਕਾਰ ਦੀ ਪ੍ਰੈਜੈਂਸ ਆ ਨਾ ਸਭ ਨੂੰ ਪਤਾ LED ਲਾਈਟਿੰਗ ਵਾਈਡ ਗੱਡੀ 4 ਡੋਰ ਜਿਹੜਾ ਮਰਜ਼ੀ ਕੰਮ ਕਰੋ ਇਹਦੇ ਵਿੱਚ ਕੋਈ ਚੱਕਰ ਨਹੀਂ ਹੈ ਨਾ ਅਤੇ ਬਾਈ ਜੀ ਇਹ ਸੀਗਾ ਜੀ ਆਪਣਾ ਵਾਕ ਅਰਾਊਂਡ ਆਪਣੇ ਜਾਣੀ ਕਿ ਨਵਾਬ ਮੋਟਰਸ ਦਾ ਅਤੇ ਜੇ ਬਾਈ ਤੁਸੀਂ ਕਿਸੇ ਵੀ ਤਰੀਕੇ ਨਾਲ ਬਾਈ ਹੈਲਪ ਲੈਣਾ ਚਾਹੁੰਦੇ ਹੋ ਕਾਰ ਬਾਈਂਗ ਦੇ ਵਿੱਚ ਸਮਝ ਨਹੀਂ ਲੱਗ ਰਹੀ ਇਸ਼ੂ ਬਣ ਰਹੇ ਆ ਅਪਰੂਵ ਨਹੀਂ ਹੋ ਰਿਹਾ ਇਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਤੁਹਾਡਾ ਭਰਾ ਜਸਪ੍ਰੀਤ ਗਾਟ ਯੂ ਕਵਰਡ ਉੱਧਰੋਂ ਆਉਣਾ ਆ ਮੋਸਟ ਲਾਈਕਲੀ ਜਾਂ ਤੁਹਾਡਾ ਭਰਾ ਉੱਥੇ ਬੈਠਾ ਮਿਲੂ ਜਾਂ ਇੱਥੇ ਜਾਂ ਉੱਥੇ ਜਾਂ ਉੱਥੇ ਨਹੀਂ ਮਿਲਦਾ ਜਸਟ ਆਸਕ ਵੇਅਰ ਇਜ਼ ਜਸਪ੍ਰੀਤ ਸਾਡਾ ਭਰਾ ਅਤੇ ਬਾਈ ਜੇ ਤੁਸੀਂ ਹੁਣ ਜੇ ਤੁਸੀਂ ਸਟੂਡੈਂਟ ਹੋ ਪਹਿਲਾ ਚੱਕਰ ਸੀਗਾ ਜੀ ਮੈਂ ਕੈਲਗਰੀ ਰਹਿੰਦਾ ਸੀਗਾ ਮੈਂ ਇੱਥੇ ਨਹੀਂ ਸੀ ਰਹਿੰਦਾ ਪਿੱਛੇ ਜੇ ਮੈਂ ਲੰਡਨ ਮੂਵ ਹੋ ਗਿਆ ਲੰਡਨ ਓਂਟੈਰੀਓ 'ਚ ਨਹੀਂ ਸੀ ਇੱਥੇ ਰਹਿੰਦਾ ਹੁਣ ਮੈਂ ਇੱਥੇ ਰਹਿੰਦਾ ਬਾਈ ਬਰੈਂਪਟਨ ਦੇ ਵਿੱਚ ਤੁਸੀਂ ਇੱਥੇ ਸਟੂਡੈਂਟ ਆ ਪੜ੍ਹਦੇ ਆ ਵਰਕ ਪਰਮਿਟ 'ਤੇ ਆ ਕੋਈ ਸਮਝ ਨਹੀਂ ਆ ਰਿਹਾ ਦਿੱਕਤ ਪਰੇਸ਼ਾਨੀ ਹੈ ਉੱਦਾਂ ਹੀ ਆਪਣੇ ਭਰਾ ਨੂੰ ਮਿਲਣਾ ਚਾਹੁੰਦੇ ਹਾਂ ਨਵਾਬ ਮੋਟਰਸ ਗੂਗਲ 'ਤੇ ਸਰਚ ਕਰ ਲਿਓ ਤੁਹਾਨੂੰ ਐਡਰੈਸ ਮਿਲ ਜੂਗਾ ਰਦਰਫੋਰਡ ਦੇ ਨਾਲ ਹੀ ਆਪਣਾ ਆਫਿਸ 'ਤੇ ਆਓ ਬਾਈ ਮਿਲਦੇ ਹਾਂ ਕਰਦੇ ਹਾਂ ਚਿੱਲ ਹੈ ਕਹਿੰਦੇ ਬਰੈਂਪਟਨ ਟਾਊਨ ਮੁੰਡੇ ਕਰਦੇ ਆ ਚਿੱਲ ਆਹ ਗੱਡੀ ਮੈਨੂੰ ਜੈਨੂਅਲੀ ਬਹੁਤ ਵਧੀਆ ਲੱਗੀ ਯਾਰ ਮੈਨੂੰ ਨਹੀਂ ਪਤਾ ਖੁੱਲ੍ਹੀ ਹੈ ਕਿ ਨਹੀਂ ਮਿਸੀ ਓਪਨ ਖੁੱਲ੍ਹੀ ਨਹੀਂ ਮਿਲੀ ਸੀ ਹੋਣੀ ਆਪਾਂ ਚਾਬੀ ਲਿਆਉਣੀ ਸੀਗੀ ਅਤੇ ਅੰਦਰ ਬਾਈ ਇੱਦਾਂ ਹੀ ਦੇਖੀਏ ਕੋਬਰਾ ਬਣਿਆ ਪੂਰਾ ਇੱਥੇ ਅਤੇ ਬਾਈ ਜੀ ਇੱਦਾਂ ਦੀ ਹੁਣ ਵੀਡੀਓਜ਼ ਅੱਗੇ ਆਉਂਦੀਆਂ ਰਹਿਣਗੀਆਂ ਹਰ ਇੱਕ ਕਾਰ ਦੇ ਪ੍ਰੋਪਰ ਰਿਵਿਊਜ਼ ਕਾਰਾਂ ਬਾਰੇ ਚੰਗੀਆਂ ਮਾੜੀਆਂ ਗੱਲਾਂ ਸਟੂਡੈਂਟਾਂ ਬਾਰੇ ਗੱਲਾਂ ਰਹੀ ਗੱਲ ਟਰੱਕ ਲਾਈਫ ਦੀ ਬਾਈ ਟਰੱਕ ਤੁਹਾਨੂੰ ਪਤਾ ਇਹ ਲਾਈਵ ਆ ਹੈ ਨਾ ਇਹ ਲਾਈਫ ਦੇ ਵਿੱਚ ਚੇਂਜ ਜਿਹੜਾ ਆ ਬਹੁਤ ਜ਼ਿਆਦਾ ਨੈਸੈਸਰੀ ਇੱਕੋ ਕੰਮ ਤੁਸੀਂ ਬਹੁਤ ਟਾਈਮ ਤੱਕ ਨਹੀਂ ਕਰ ਸਕਦੇ ਐਜ਼ ਲੌਂਗ ਐਜ਼ ਉਹ ਤੁਹਾਡਾ ਪੈਸ਼ਨ ਨਾ ਹੋਵੇ ਹੁਣ ਪੈਸ਼ਨ ਕੁਛ ਟਾਈਮ ਤੱਕ ਰਹਿੰਦਾ ਯਾਰ ਟਰੈਕਿੰਗ 3-4 ਸਾਲ ਮੈਂ ਵਧੀਆ ਕੀਤੀ ਆ ਮੇਡ ਮਨੀ ਅਗਾਡ ਮਾ PR ਪੱਕੇ ਹੋ ਗਏ ਹੁਣ ਪੱਕੇ ਹੋਣ ਤੋਂ ਬਾਅਦ ਉਹ ਕੰਮ ਬਣਦਾ ਆ ਆਪਣਾ ਕਰਨ ਲੱਗੇ ਜਿਹਦੇ 'ਚ ਆਪਾਂ ਨੂੰ ਜ਼ਿਆਦਾ ਖੁਸ਼ੀ ਮਿਲਦੀ ਆ ਸੋ ਆਈ ਲਵ ਸੇਲਸ ਆਈ ਲਵ ਮਾਰਕੀਟਿੰਗ ਆਈ ਮੇਡ ਅ ਮੂਵ ਔਨ ਦੀ ਅਦਰ ਸਾਈਡ ਆਪਾਂ ਟਰੈਕਿੰਗ ਬਾਰੇ ਵਧੀਆ ਵਧੀਆ ਤੁਹਾਨੂੰ ਇਨਫੋਰਮੇਸ਼ਨ ਵੀ ਦਿਆ ਕਰਾਂਗੇ ਜੀ ਕਿ ਕਿੱਦਾਂ ਤੁਸੀਂ ਵਧੀਆ ਪੈਸੇ ਬਣਾ ਸਕਦੇ ਟਰੈਕਿੰਗ 'ਚ ਕਿੱਦਾਂ ਡਿਸਪੈਚ ਨਾਲ ਡੀਲ ਕਰਨਾ ਜੇ ਤੁਸੀਂ ਨਵੇਂ ਡਰਾਈਵਰ ਆ ਕਿੱਦਾਂ ਜੋਬ ਲੱਭਣੀ ਆ ਕਿੱਦਾਂ ਪੈਸੇ ਬਣਾਉਣੇ ਆ ਬਰੋ ਸਟੇਟ ਆਪ ਇਹੀ ਸੀਗੀ ਜੀ ਅਨਾਊਂਸਮੈਂਟ ਵੀਡੀਓ ਚੰਗੀ ਲੱਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਭਰਾ ਨੂੰ ਇੱਥੇ ਨਵਾਬ ਮੋਟਰ 'ਚ ਜਾ ਕੇ ਮਿਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਜੱਟ ਲਾਈਫ ਜੀ 13 ਜੱਟ ਇਹਦਾ ਪਿੰਡ ਮੁੰਡੇ ਕਹਿੰਦੇ ਜੱਟ ਲਾਈਫ ਕਰਾ ਲੈਣੀ ਹੈ ਫ੍ਰੀ ਪ੍ਰਮੋਸ਼ਨ ਜੱਟਾਂ ਦੀ ਵਧਾਈ ਹੋਵੇ ਮੁੰਡਿਆ।